पता नहीं अपने आप की समझती है, मेनू ही गलत करती रही है, तुम तो कुछ कहते नहीं है। नाले तुसीं कहंदे हो ना उन्हां नूं पुछ, तुहानूं जोवन दा वी चंगी तरह पता है, मेरे डैडी दा वी पता है, उन्हां ने ते कदे नहीं मनना, उन्हां ने कहना जित्थे इक कुड़ी दित्ती उत्थे दूजी देनी नहीं, फिर मैं की कर लांगी। चल मेरी सुन गल, पुछ के देख की पता उन्हां दे दिल च वी गल होवे कि चल कोई नहीं कुड़ी तुहाडी पहले उत्थे व्याही है तो दूजी वी चल जूगी ते चलो इकट्ठियां रहणगियां। मैनूं ते इह नहीं पता लगदा कि मेरी मम्मी ने चार दिन इत्थे गल किदां दित्ता, उह वी डैडी तों ते भरा कोल डरदिआं, ते हुण इह गल नहीं जे बणनी। मैनूं पता मैं अपने डैडी नाल गल ही नहीं कर सकदी, मैं तां सारी जिंदगी उत्थे बोली नहीं आ उन्हां अगे। शर्म मेरी सुन गल, ठंडे दिमाग ने करी सोच यार, मैं कहना अपने वास्ते डिया यार, लवली वास्ते कह डिया वा, जे मन ने कुछ कर लिया ना फिर कहीं माँ मासी आखेंगे आप। जगी रुपिंदर के दिल च तो यह गल है नहीं, जे ओदे दिल च गल हो तो मैं भी मना, यह कला ही प्यार जित हुंदा फिरदा। ओ चलो तो दिल च ना भी गल होगी बाबा, आ मेरे घर जा रफड़ पिया ना शायद मिटी जाए, तू पुछ जा कुड़ी ओनू। चलो कोई नहीं, जे तुसीं कहिंदे फिर मैं पुछ लैणी, पर मम्मी नूं समझा दिओ वी। ओ चल मैं करांगा मम्मी नाल गल, तूं टेंशन ना ले, ठीक आ? ठीक है, शाम नूं करांगी फिर मैं। चल ठीक है फिर। मम्मी हाँ दस। मेरी सुनो गल, तुसीं जिद्दां हुण टुट टुट के पैंदे जी, की गल है तुहाडी, कुछ नहीं लगदी? मैं मैनूं इन्नियां मत्तां ना दे, जिन्नी मैनूं तूं न्याणी समझिया ना मैनूं सारा पता वा, इन्नी नहीं मैनूं भुलेखे जाहगी मम्मी, मैनूं सब कुछ लभण डिया वा। मेरी सुनो गल, जे लवली उहनूं पित्तर पसंद करदा वा, जे मन उहनां दा विआह हो भी जावे तां इह च हर्जी कहदा वा, जे कल नूं कोई वादा घाटा तां जिम्मे चुकेगा। ਮੰਮੀ ਘਾਟੇ ਵਾਦੀ ਗੱਲ ਸੋਚਦੇ ਜੇ, ਤੁਸੀਂ ਹਰ ਟਾਈਮ ਮਾੜੇ ਸੋਚਦੇ ਜੇ, ਕਿਤਨਾ ਕਿਤੇ ਤਾਂ ਚੰਗਾ ਸੋਚ ਰਿਹਾ ਕਰੋ। ਮੇਰੀ ਸੁਣ ਲੈ ਗੱਲ, ਅੱਗੇ ਤੇ ਇਹ ਨਹੀਂ ਅੱਧੇ ਦਿਨ ਤੱਕ ਸੁੱਤੀ ਉੱਠਦੀ, ਮੁੜ ਕੇ ਉਹਨੂੰ ਵਿਆਹ ਕੇ ਲਿਆਵੋ ਤੇ ਮੈਂ ਸਾਰੀ ਦਿਹਾੜੀ ਚੌਂਕੇ ਹੀ ਵੜੀ ਰਵਾਂ, ਫਿਰ ਬੜੇ ਖੁਸ਼ ਜੇ। ਮੰਮੀ ਕਿਸੇ ਨੂੰ ਕੁਛ ਕਹੋਗੇ ਕੰਮ ਕਰ ਫਿਰ ਕੋਈ ਕਰੇਗਾ, ਹੁਣ ਤੁਸੀਂ ਤਾਂ ਤੁਸੀਂ ਅੱਧੇ ਨਹੀਂ ਤੇ ਆਪਣੇ ਆਪ ਕਿੱਦਾਂ ਕੋਈ ਆ ਜੇ। ਕਿੰਨੀ ਕੁ ਵਾਰੀ ਉਹਨੂੰ ਮੈਂ ਕਹਾਂ, ਮੈਂ ਰੋਜ਼ ਉਹਨੂੰ ਆਖਿਆ ਨਾ ਜਾਵਾਂ ਵੀ ਉੱਠ ਉੱਠ ਉੱਠ, ਦੇਖੋ ਨੀ ਕਿਹਾ ਜਾਂਦਾ, ਜਿੰਨਾ ਕੁ ਮੇਰੇ ਕੋਲ ਹੁੰਦਾ ਮੈਂ ਕਰ ਲੈਂਦੀ ਹਾਂ। ਮੰਮੀ ਮੇਰੀ ਸੁਣੋ ਗੱਲ, ਜਿੱਦਾਂ ਲਵਲੀ ਧਮਕੀ ਦੇ ਕੇ ਗਿਆ ਨਾ, ਜੇ ਉਹਨੇ ਕੁਝ ਕਰ ਲੈਣਾ ਤਾਂ ਫਿਰ ਆਪਾਂ ਕੀ ਕਰਾਂਗੇ? ਜੇ ਬਹੁਤੀ ਗੱਲ ਆਪਣੀ ਮਰਜ਼ੀ ਕਰੋ, ਫਿਰ ਮੈਨੂੰ ਪੁੱਛਦੇ ਕਿਉਂ ਜੇ, ਜਾਓ ਕਰ ਲਓ ਕਰਨਾ ਦੇ। ਜੇ ਆਪਣੀ ਮਰਜ਼ੀ ਮੈਂ ਕਰਨੀ ਹੁੰਦੀ ਤੇ ਮੈਂ ਤੁਹਾਨੂੰ ਕਦੋਂ ਪੁੱਛਣ ਆਉਣਾ ਸੀ? ਕਰਨਾ ਤਾਂ ਕਰ ਲਾ, ਪਰ ਮੇਰੀ ਕੋਈ ਜ਼ਿੰਮੇਵਾਰੀ ਨਹੀਂ, ਮੈਨੂੰ ਕੱਲ ਨੂੰ ਰੋਟੀ ਪਾਣੀ ਪੱਕਾ ਮਿਲਣਾ ਚਾਹੀਦਾ, ਇਹ ਨਾ ਵੀ ਮੈਂ ਚੁੱਲ੍ਹੇ ਚੌਂਕੇ 'ਚ ਹੱਥ ਵਾੜਦੀ ਰਹਾਂ, ਵੀ ਮੈਂ ਹੀ ਸਾਰੇ ਕੰਮ ਕਰਨੇ ਆ, ਇਹ ਦੋਵੇਂ ਭੈਣਾਂ ਰਲ ਕੇ ਬੈਠੀਆਂ ਰਹਿਣ। ਮੰਮੀ ਤੋਂ ਟੈਨਸ਼ਨ ਨਾ ਲਓ, ਸਾਰੇ ਕੰਮ ਦੋਵੇਂ ਜਣੇ ਕਰਨਗੇ, ਠੀਕ ਹੈ? ਤੁਸੀਂ ਬਸ ਹਾਂ ਕਰੋ ਇੱਕ ਵਾਰੀ। ਮੈਨੂੰ ਸਾਰਾ ਪਤਾ ਵਾ, ਤੁਸੀਂ ਸਾਰੇ ਟੱਬਰ ਨੇ ਸਲਾਹ ਕਰ ਲਈ ਆ, ਤੁਸੀਂ ਮੁੰਡਾ ਉੱਥੇ ਹੀ ਵਿਆਹਣਾ ਵਾ, ਤੇ ਫਿਰ ਮੈਨੂੰ ਕਿਉਂ ਪੁੱਛਦੇ ਜੇ, ਜਾਓ ਕਰ ਲਓ। ਮੰਮੀ ਮੁੰਡੇ ਨੂੰ ਜਦੋਂ ਕੁੜੀ ਪਸੰਦ ਹੈ, ਮੰਨ ਲਓ ਕੱਲ੍ਹ ਨੂੰ ਹੋਰ ਕਿਤੇ ਤਾਂ ਉਹਦਾ ਵਿਆਹ ਕਰਨਾ ਹੀ ਆ, ਤੇ ਰੁਪਿੰਦਰੀ ਤਾਂ ਉਹਨੇ ਵਿਆਹਣੀ ਹੀ ਆ। ਜਾ ਬਾਬਾ ਜਾ ਕਰ ਲਾ, ਮੈਨੂੰ ਨਾ ਬਾਰ ਬਾਰ ਪੁੱਛੋ, ਮੇਰਾ ਸਿਰ ਹੀ ਖਾ ਲਿਆ ਜੇ ਤੁਸੀਂ ਦੋਵਾਂ ਨੇ। ਚਲੋ ਠੀਕ ਹੈ ਫਿਰ, ਮੈਂ ਕੱਲ੍ਹ ਨੂੰ ਆਪਣੀ ਗੱਲ ਜਾ ਕੇ। ਪਤਾ ਨਹੀਂ ਇੱਕ ਦਿਨ ਖਤੀ ਨੇ ਕਿਹੜਾ ਸਿਆਪਾ ਪਾਇਆ ਮੇਰੇ ਭਾਅ ਦਾ, ਮੈਨੂੰ ਤਾਂ ਕੁਛ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ। ਗਈ ਤਾਂ ਸ਼ਰਨ ਕੋਈ ਨਾ, ਉੱਥੋਂ ਵਿਗੜ ਕੇ ਆਈ ਆ, ਉਹਨੂੰ ਹੀ ਫੋਨ ਕਰਨੀ ਆ ਮੈਂ। ਹੈਲੋ ਹੈਲੋ ਸ਼ਰਨ, ਸਤਿ ਸ਼੍ਰੀ ਅਕਾਲ ਪੁੱਤ, ਕੀ ਹਾਲ ਵਾ? ਮੈਂ ਕਦਾ ਸੁਣਾਵਾਂ, ਮੇਰਾ ਤੇ ਨਾ ਬੜਾ ਹੀ ਮਾੜਾ ਹਾਲ ਹੀ ਓ, ਤੈਨੂੰ ਮੈਂ ਕੀ ਦੱਸਾਂ? ਕੀ ਹੋਇਆ ਦੱਸੋ ਤੁਸੀਂ? ਦੱਸਾਂ ਤੈਨੂੰ ਮੈਂ ਕੀ, ਐਦਾਂ ਕਰ ਜੱਗੀ ਨੂੰ ਨਾਲ ਲੈ ਤੇ ਇੱਥੇ ਆ, ਫਿਰ ਦੱਸ ਰਹੀ ਹਾਂ ਸਭ ਕੁਛ ਤੈਨੂੰ ਮੈਂ। ਮੰਮੀ ਉਹ ਤੇ ਮੈਂ ਅੱਗੇ ਹੀ ਆਉਣ ਲੱਗੀ। ਤੂੰ ਨਾ ਮੈਨੂੰ ਵੀ ਕੰਮ ਹੀ ਤੁਹਾਡੇ ਨਾਲ ਥੋੜਾ ਜਿਹਾ। ਆਹ ਤੇ ਐਦਾਂ ਕਰੋ ਛੇਤੀ ਆ ਜਾਓ ਦੋਵੇਂ ਜੀ, ਨਹੀਂ ਤੇ ਸਾਡੇ ਘਰ ਕੁਛ ਹੋ ਜਾਣਾ ਜੇ। ਕੀ ਗੱਲ ਦੱਸੋਗੇ ਕੁਝ? ਗੱਲ ਮੈਂ ਤੈਨੂੰ ਆਏਗੀ ਨਾ, ਤੈਨੂੰ ਮੈਂ ਸਾਰੀ ਗੱਲ ਦੱਸੂਗੀ। ਪੁੱਤ ਇੱਦਾਂ ਫੋਨਾਂ ਤੇ ਗੱਲਾਂ ਨਿਗੀਆਂ ਹੁੰਦੀਆਂ, ਪਰ ਸਾਡੇ ਘਰ ਤੇ ਬੜਾ ਹੀ ਪੁਆੜਾ ਪਿਆ। ਮੈਂ ਵੀ ਬੜੀ ਆ, ਮੈਨੂੰ ਤਾਂ
ਚੱਲ ਛੇਤੀ ਆ ਜਾ ਮੇਰਾ ਪੁੱਤ ਚੰਗਾ ਠੀਕ ਚੱਲ ਚੰਗਾ ਫਿਰ ਪਤਾ ਨੀ ਮੰਮੀ ਕਿਹਨੂੰ ਫੋਨ ਲਾ ਕੇ ਬੈਠੀ ਆ ਪਤਾ ਕਿਹਨਾਂ ਗੱਲਾਂ ਮਰਨ ਦੀ ਆ ਸੋਤੇ ਕੀਤਾ ਵਾ ਤੇਰੀ ਭੈਣ ਨੂੰ ਫੋਨ ਆਉਣ ਲੱਗੀ ਆ ਹੁਣ ਹੁਣ ਤੈਨੂੰ ਪੁੱਛੂਗੀ ਆ ਕੇ ਤੇ ਫਿਰ ਤਾਂ ਦੱਸੇਗੀ ਨਾ ਸਭ ਕੁਛ ਸ਼ਰਨ ਦੀਦੀ ਨੂੰ ਆਹੋ ਉਹ ਕਿਹੜੀ ਗੱਲੋਂ ਉੱਥੇ ਗਈ ਸੀ ਉੱਥੋਂ ਵਿਗੜ ਕੇ ਆਈ ਆ ਤੂੰ ਠੀਕ ਆ ਨਾ ਤੇ ਮੈਂ ਉਹਨੂੰ ਪੁੱਛਣਾ ਵਾ ਮੈਨੂੰ ਹੋਇਆ ਕੀ ਆ ਇਹਦੇ ਸਿਰ ਤੇ ਭੂਤ ਕਿਹੜਾ ਸਵਾਰ ਹੋ ਗਿਆ ਵਾ ਜਿਹੜੇ ਮੇਰੇ ਗਾੜੀ ਚੱਕ ਟੇਕ ਦੇ ਜਵਾਬ ਦਿੰਦੀ ਹੈ ਕੋਈ ਨਹੀਂ ਅਜੇ ਉਹ ਵੀ ਡੀਸੀ ਲੱਗੀ ਆ ਡੀਸੀ ਤੇ ਕੋਈ ਨਹੀਂ ਲੱਗਾ ਤੇਰੇ ਵਾਸਤੇ ਹਨਾ ਤੂੰ ਕੱਲੀ ਸਭ ਕੁਛ ਪ੍ਰਧਾਨ ਤੂੰ ਕੱਲੀ ਬਣ ਗਈ ਆ ਹੁਣ ਕੋਈ ਨਹੀਂ ਤੈਨੂੰ ਬਿਠਾਲ ਕੇ ਪੁੱਛੂਗੀ ਨਾ ਆਪੇ ਜਵਾਬ ਦੇਗੀ ਨਾ ਕੋਈ ਉਹਨੂੰ ਮੜੀ ਜੀ ਗੱਲ ਨਹੀਂ ਝੱਟ ਫੋਨ ਲਾਤਾ ਨੂੰ ਲਾਤਾ ਫੋਨ ਕੀ ਬਣੀ ਕਰਦੇ ਸਾਰੇ ਆਪਣੇ ਆਪ ਚ ਚੱਲੀ ਤੂੰ ਹੈਗੀ ਆ ਤੇ ਗੱਲਾਂ ਤੇ ਸਾਰੀਆਂ ਖੋਲ ਕੇ ਆਵੀਂ ਇਹ ਨਾ ਇਹ ਕੋ ਤੇਰੇ ਵਾਂਗੂ ਕੰਮ ਹੀ ਨਾ ਕਰੇ ਸਾਰਾ ਕੰਮ ਇੱਥੇ ਨੂੰ ਕਰਨਾ ਪੈਣਾ ਮੰਮੀ ਕੰਮ ਤੇ ਉਹ ਘਰ ਵੀ ਕਰਦੀ ਆ ਤੇ ਮੈਂ ਵੀ ਇੱਥੇ ਕਰਦੀ ਆ ਤੁਹਾਨੂੰ ਇਹ ਨਹੀਂ ਦੇਖਦਾ ਠੀਕ ਹੈ ਨਾ ਜੇ ਰਿਸ਼ਤਾ ਹੋ ਜਾਏਗਾ ਤੇ ਵਧੀਆ ਜ਼ਬਾਨ ਤਾਂ ਬੜੀ ਤੇਰੀ ਚੱਲਦੀ ਆ ਕੰਮ ਨੂੰ ਇਦਾਂ ਪਿਆ ਕਰ ਮੈਂ ਕੰਮ ਕਰਦੀ ਆ ਹੋ ਗਈ ਤਿਆਰ ਹਾਂਜੀ ਹੋ ਗਈ ਚਲੀਏ ਫਿਰ ਹਾਂਜੀ ਚਲੋ ਤਾਂ ਮੰਮੀ ਕਹਿਣ ਡਈ ਮੰਮੀ ਦਾ ਉਹੀ ਕੰਮ ਜਿਹੜੇ ਅੱਗੇ ਕਰਦੀ ਉਹੀ ਆ ਤੁਹਾਨੂੰ ਕਿਹਦਾ ਭੁਲੇਖਾ ਚਲੋ ਚਲੀਏ ਫਿਰ ਚਲ ਫਿਰ ਵਧੀਆ ਹੋ ਸਕਦਾ ਕਿਤੇ ਰਿਸ਼ਤਾ ਹੋ ਜਾਏ ਮੈਂ ਗੱਲਾਂ ਸਾਰੀਆਂ ਖੋਲਤੀਆਂ ਨੇ ਮੈਂ ਇਹ ਨਾ ਵੀ ਤੇਰੇ ਵਾਂਗੂ ਆਣ ਕੇ ਮੰਜੇ ਤੇ ਬੈਠੀ ਰਹੇ ਕੰਮ ਨੂੰ ਹੱਥ ਨਾ ਲਵੇ ਮੈਂ ਮੇਰੇ ਕੋ ਨੀ ਹੁੰਦਾ ਕੰਮ ਮੇਰੀ ਗੱਲ ਸੁਣ ਹਵੇਲੀ ਆ ਗਏ ਇੱਕ ਦੋ ਕਮਰੇ ਪੁਰਾਣੇ ਉੱਥੇ ਚੱਲ ਜਾਂਗੇ ਚੁੱਪ ਕਰਕੇ ਸਾਰੀ ਉਮਰ ਮੈਂ ਗੋਏ ਨੂੰ ਹੱਥ ਨੀ ਲਾਇਆ ਹੁਣ ਬੁੱਢੇ ਬਾਰੇ ਮੈਨੂੰ ਹਵੇਲੀ ਲੈ ਜਾਓ ਗੋਏ ਦੇ ਵਿੱਚ ਗੋਡੇ ਗੋਡੇ ਉੱਥੇ ਮੁਸ਼ਕ ਆਉਣੀ ਆ ਨਹੀਂ ਤੈਨੂੰ ਉੱਥੇ ਗੋਏ ਨੂੰ ਕੀ ਆ ਦੱਸ ਗੋਇਆ ਕਿਹਨੇ ਹੁੰਦਾ ਹੀ ਆ ਜ਼ਮੀਨਦਾਰਾਂ ਦੇ ਘਰਾਂ ਚ ਕੋਈ ਗੱਲ ਨੀ ਆਪਾਂ ਦੋਵਾਂ ਮੁੰਡਿਆਂ ਨੂੰ ਉੱਥੇ ਕੱਢਾਂਗੇ ਆਪਾਂ ਆਪਣੇ ਘਰ ਰਵਾਂਗੇ ਬਾਕੀ ਨਾ ਦਿਮਾਗ ਤੇ ਬਹੁਤਾ ਲੋੜ ਨਾ ਪਾਇਆ ਕਰ ਕੀ ਹੋ ਜਾਊਗਾ ਨਾ ਖਾਲਣਗੇ ਨਵਾਂ ਪੁੱਤ ਤੇ ਉੱਥੇ ਕੀ ਆ ਤੂੰ ਦੋ ਲਾਹੜਿਆ ਕਰੀ ਤੇ ਮੈਂ ਖਾ ਲਿਆ ਕਰੂੰਗਾ ਗੱਲ ਕਿਹੜੀ ਆ ਮੈਂ ਤਾਂ ਤੈਨੂੰ ਤਲ ਤਲ ਪਰੌਂਠੇ ਖਵਾ ਲਾਂਗੀ ਮੇਰੀਆਂ ਪੱਕੀਆਂ ਖਾ ਲਈ ਬਸ ਫਿਰ ਠੀਕ ਆ ਆਪ ਤਾਂ ਤੂੰ ਵੱਢਣ ਪੈਣੀ ਆ ਤੇ ਜਿਹੜੀ ਇਹਦੇ ਵਿਆਹ ਕੇ ਨਹੀਂ ਆਈ ਉਹਦੀ ਤੂੰ ਹੁਣੇ ਡਈ ਆ ਨਿੰਦਿਆ ਕਰਨ ਜਿਹੜਾ ਤੁਹਾਨੂੰ ਇੰਨਾ ਚਾਅ ਚੜਿਆ ਨਾ ਇਹ ਤੁਹਾਡਾ ਲੱਥ ਜਾਣਾ ਸਾਰੇ ਉਹ ਤੀਆਂ ਪੁੱਤਾਂ ਦੇ ਵਿਆਹਾਂ ਦਾ ਚਾਅ ਹੀ ਹੁੰਦਾ ਵਾ ਜੇ ਤੈਨੂੰ ਨਹੀਂ ਚਾਹ ਤਾਂ ਨਾ ਸਹੀ ਹਰ ਵੇਲੇ ਨੇ ਐਂ ਜਿੱਦਾਂ ਨਿੰਮ ਪੀਤੀ ਹੁੰਦੀ ਆ ਮੁੰਡਾ ਵੀ ਮੂੰਹ ਮੋਟਾ ਕਰਕੇ ਪਤਾ ਨਹੀਂ ਕਿੱਧਰ ਨੂੰ ਨਿਕਲ ਗਿਆ ਵਾ ਦੱਸਾਂ ਉਹਨੂੰ ਮਾੜਾ ਮੋਟਾ ਜਾ ਕੇ ਕਿਤੇ ਲੱਭੇ ਵੇਖਾਂਗੇ ਤੇ ਵੇਲੀ ਦੇ ਨਹੀਂ ਉਹ ਬੈਠਾ ਚੱਲ ਉਹਨੂੰ ਦੱਸਣਾ ਜਾ ਕੇ ਉਹ ਇੱਥੇ ਕੀ ਬੈਠਾ ਕਰਨ ਡਿਆ ਵਾ ਐਡਾ ਮੂੰਹ ਮੋਟਾ ਕਰਕੇ ਤੇ ਕੀ ਕਰਾਂ ਕੋਈ ਕੰਮ ਕਰ ਘਰ ਉੱਠ ਕੇ ਮੈਂ ਹੁਣ ਥੋੜੇ ਦੇਣੀ ਆ ਕਿਉਂ ਥੋੜੇ ਦੇਣ ਕਿਉਂ ਇੱਥੇ ਮੇਰੀ ਮੰਮੀ ਨੇ ਬੇਇੱਜ਼ਤੀ ਕੀਤੀ ਸੀ ਨਾ ਤੇ ਇੱਥੇ ਕੋ ਖਾ ਕੇ ਮਰ ਜਾਣਾ ਹੁਣ ਮੈਂ ਉਹ ਪੁੱਤ ਐਵੇਂ ਦਾ ਇਹੋ ਜਿਹੀ ਗਲਤੀ ਕਰੀ ਇਹੋ ਜਿਹਾ ਕੋਈ ਕੰਮ ਨਾ ਕਰੀ ਉਹ ਚੱਲ ਗਏ ਆ ਭਰਾਵਾ ਘੱਲਿਆ ਉਹਨਾਂ ਨੂੰ ਦੋਵਾਂ ਜੀਆਂ ਨੂੰ ਹੁਣ ਰਿਸ਼ਤਾ ਲੈਣ ਤੇਰੇ ਵਾਸਤੇ ਪੱਕੀ ਗੱਲ ਆ ਤੇ ਹੋਰ ਉਹਨਾਂ ਨੂੰ ਘੱਲ ਕੇ ਆਇਆ ਵਾਂ ਤੇ ਮੰਮੀ ਮੰਨ ਗਈ ਆ ਉਹ ਮੰਮੀ ਮਨਾਈ ਭਰਾਵਾ ਝਿੜਕਾ ਝੁੜਕਾ ਖਾ ਕੇ ਮੈਂ ਇੱਥੇ ਗਾਲਾਂ ਖਾਣ ਨੂੰ ਤੇ ਤੁਸੀਂ ਵਿਆਹ ਕਰਾਉਣ ਨੂੰ ਉਹੀ ਗੱਲ ਮੈਨੂੰ ਨਹੀਂ ਯਕੀਨ ਹੋਣ ਡਿਆ ਤੇ ਉਹ ਭਰਾਵਾ ਜਾ ਕੇ ਨਾ ਘਰੋਂ ਪਤਾ ਕਰ ਲੈ ਜੇ ਨਹੀਂ ਤੇ ਇਹ ਆ ਵੀ ਜਾ ਉੱਠ ਕੇ ਕੋਈ ਕੰਮ ਕਰ ਹੁਣ ਆਇਆ ਉਹਨਾਂ ਨੇ ਸ਼ਾਮਾਂ ਨੂੰ ਹੁਣ ਵੀ ਕਹਿਤਾ ਜੇ ਉੱਥੇ ਰਿਸ਼ਤਾ ਨਾ ਹੋਇਆ ਮੈਂ ਕੋ ਖਾ ਕੇ ਮਰ ਜਾਣਾ ਹੀ ਇੱਥੇ ਉਹ ਐਵੇਂ ਨਾ ਪੁੱਤ ਮਰੀ ਉਹ ਗਏ ਉਹਨਾਂ ਆਇਆ ਸ਼ਾਮਾਂ ਨੂੰ ਰਿਸ਼ਤਾ ਹੁਣ ਲੈ ਕੇ ਆਉਣਗੇ ਦੋਵੇਂ ਜਣੇ ਗਏ ਆ ਠੀਕ ਆ ਕਿ ਨਹੀਂ ਗਲਤੀ ਨਾ ਕਰ ਲਈ ਕਿਤੇ ਜਾ ਉੱਠ ਕੇ ਕੰਮ ਕਰ ਘਰ ਕੋਈ ਛਦਾਈ ਨਾ ਹੋਏ ਕਿਸੇ ਥਾਂ ਦਾ ਮੈਂ ਇਹ ਮਰ ਜਾਣਾ ਵਾ ਇੱਦਾਂ ਥੋੜਾ ਕਰੀ ਦਾ ਵਾ ਮਰਿਆ ਵੀ ਕੋਈ ਮਸਲਾ ਹੱਲ ਹੁੰਦਾ ਵਾ ਪਾਗਲ ਨਾ ਹੋਏ ਕਿਸੇ ਥਾਂ ਦਾ ਉਹ ਜੇ ਇਹਦੀ ਮਾਂ ਵਾ ਉਹਨੇ ਘਰ ਮੈਨੂੰ ਟਿਕਣ ਨਹੀਂ ਸੀ ਤਾਂ ਉਧਰ ਇਹ ਆਉਂਦਾ ਮੈਂ ਮਰ ਜਾਣਾ ਵਾ ਹੋ ਜਾਏਗਾ ਹੁਣ ਮਾੜਾ ਮੋਟਾ ਬਾਪੂ ਦਵਾਈ ਦਵਾਈ ਕਿੰਨੇ ਖਾਣੀ ਸੀ ਇਹ ਤਾਂ ਉੱਦਾਂ ਮੈਂ ਤੁਹਾਨੂੰ ਡਿਆ ਸੀ ਭਰਮਾਉਣ ਚੱਲ ਚੰਗਾ ਹੋਇਆ ਤੂੰ ਘੱਲਤਾ ਉੱਦਾਂ ਮਰਨ ਨੂੰ ਕਿਹਦਾ ਜੀ ਕਰਦਾ ਵਾ ਚੰਗਾ ਹੋ ਗਿਆ ਤੂੰ ਰਿਸ਼ਤਾ ਹੋ ਜੂਗਾ ਉੱਥੇ ਠੀਕ ਹੈ ਮੰਮੀ ਕੀ ਗੱਲ ਹੈ ਦੱਸੋ ਤੁਸੀਂ ਮੈਨੂੰ ਤਾਂ ਟੈਨਸ਼ਨ ਲੱਗੀ ਹੈ ਚੱਲ ਕੋਈ ਨਹੀਂ ਪਾਣੀ ਪੀਣ ਪੀ ਅੰਦਰ ਚੱਲ ਫਿਰ ਦੱਸ ਦਿਓ ਮੈਨੂੰ
ਮੈਨੂੰ ਸਮਝ ਨਹੀਂ ਆਉਂਦੀ ਮੈਂ ਮੰਮੀ ਨਾਲ ਕਿੱਦਾਂ ਗੱਲ ਕਰਾਂ। ਲੈ ਸ਼ਰਨ ਪੁੱਤ ਪਾਣੀ ਪੀ ਕੇ ਨਾ ਇੱਧਰ ਆ ਮੇਰੀ ਗੱਲ ਸੁਣ। ਆ ਗਈ ਹੁਣ ਬੜੀ ਸੁਣ ਗੱਲ ਗੱਲ ਸਾਰੀ ਉਹਨੂੰ ਕਰ ਲਈ ਠੀਕ ਹੈ ਚੰਗੀ ਤਰ੍ਹਾਂ ਕੁਝ ਰਹਿ ਨਾ ਜਾਵੇ। ਜੇ ਡੈਡੀ ਉਹਨਾਂ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਮੈਨੂੰ ਨਹੀਂ ਛੱਡਣਾ ਕਿ ਇਹ ਕੰਮ ਮਾਰੇ ਆਈ ਇੱਥੇ। ਆ ਜਾ ਪੁੱਤ ਇੱਥੇ ਬਹਿ ਮੇਰੀ ਧੀ। ਮੰਮੀ ਮੈਂ ਆਪਣੀ ਗੱਲ ਤੇ ਬਾਅਦ ਚ ਦੱਸਣੀ ਆ, ਪਹਿਲਾਂ ਤੁਸੀਂ ਦੱਸੋ ਵੀ ਮੈਨੂੰ ਬੜੀ ਟੈਨਸ਼ਨ ਲੱਗੀ। ਗੱਲ ਤੈਨੂੰ ਕਾਹਦੀ ਦੱਸਾਂ, ਇਹਦੇ ਰਿਸ਼ਤੇ ਦੀ ਪਈ ਸੀਗੀ ਦੱਸ। ਹਾਂਜੀ ਤੇ ਤੇਰਾ ਪਿਓ ਤੇ ਭਰਾ ਉੱਥੇ ਕਰ ਰਹੇ। ਹਾਂ ਇਹਨੇ ਤੇ ਘਰ ਆਉਂਦੀ ਦੇ ਪਾਤਾ ਪਸਾਦ ਵੀ ਮੈਂ ਤਾਂ ਉੱਥੇ ਰਿਸ਼ਤਾ ਕਰਨਾ ਹੀ ਨਹੀਂ ਆ, ਭਾਵੇਂ ਮੈਨੂੰ ਮਾਰ ਦਿਓ ਭਾਵੇਂ ਵੱਢ ਕੇ ਨਿੱਕੀ ਨਿੱਕੀ ਕਰ ਦਿਓ, ਮੈਂ ਉੱਥੇ ਰਿਸ਼ਤਾ ਨਹੀਂ ਕਰਨਾ। ਉਹ ਕਿ ਤੂੰ ਕਹਿੰਦੀ ਇੱਦਾਂ? ਹੁਣ ਪੁੱਤ ਤੈਨੂੰ ਮੈਂ ਕੀ ਦੱਸਾਂ, ਇਹ ਕਿਸੇ ਨਾਲ ਗੱਲ ਵੀ ਕਰਦੀ ਆ, ਗੱਲ ਕਰਦੀ ਸੀਗੀ ਤੇ ਮੈਂ ਤਾਂ ਉੱਤੋਂ ਹੀ ਫੜ ਲਿਆ ਇਹਨੂੰ। ਤੇ ਕਰਦੀ ਕਿਹਦੇ ਨਾਲ? ਮੇਰੇ ਤਾਂ ਪੁੱਤ ਮੈਨੂੰ ਪਤਾ ਨਹੀਂ ਗਾ, ਮੁੜ ਕੇ ਗਾੜੀ ਟਕੇ ਟਕੇ ਦੇ ਜਵਾਬ ਦਿੰਦੀ ਸੀ ਕਿਹੜਾ ਡਰਦੀ ਆ, ਆਂਦੀ ਜੋ ਮਰਜ਼ੀ ਕਰ ਲਓ ਮੈਂ ਉੱਥੇ ਵਿਆਹ ਨਹੀਂ ਜੇ ਕਰਨਾ, ਤੇ ਜੇ ਇਹਦੇ ਮੈਂ ਪਿਓ ਨੂੰ ਦੱਸਦਾ ਇਹਦੇ ਭਰਾ ਨੂੰ ਦੱਸਦਾ ਤੇ ਫਿਰ ਇਹਨੂੰ ਬੁਕਾਉਣਗੇ ਚੰਗੀ ਤਰ੍ਹਾਂ ਵੀ ਕਿੱਥੇ ਗੱਲ ਕਰਨੀ ਆ। ਅੱਛਾ ਮੰਮੀ ਫੋਨ ਤੇ ਗੱਲ ਕਰਦੀ ਆ? ਹਾਂ ਹਾਏ ਇਹਦਾ ਮਤਲਬ ਲਵਲੀ ਸੱਚ ਹੀ ਕਹਿੰਦਾ ਸੀ ਕਿ ਤੇਰੀ ਭੈਣ ਵੀ ਮੈਨੂੰ ਪਸੰਦ ਕਰਦੀ ਆ। ਕੀ ਹੋ ਗਿਆ ਵਾ? ਮੇਰੇ ਕੋਲ ਹੈਗਾ ਜੀ ਇੱਕ ਤਰੀਕਾ, ਤੁਸੀਂ ਇੱਦਾਂ ਕਰਿਓ ਡੈਡੀ ਨੂੰ ਤੇ ਜੋ ਮੈਨੂੰ ਨਾ ਦੱਸਿਓ ਵੀ ਉਹਨਾਂ ਨੇ ਤੇ ਇਹਨੂੰ ਮਾਰ ਹੀ ਛੱਡਣਾ ਵਾ, ਤੁਸੀਂ ਇੱਦਾਂ ਕਰੋ ਵੀ ਲਵਲੀ ਵੱਲ ਕਰ ਦਿਓ ਇਹਦਾ ਰਿਸ਼ਤਾ, ਨਾਲੇ ਲਵਲੀ ਹੈ ਵੀ ਸੋਹਣਾ ਸੁਨੱਖਾ ਵਾ, ਤੁਸੀਂ ਤੇ ਵੇਖਿਆ ਵੀ ਹੈ। ਮੇਰੀ ਗੱਲ ਸੁਣ ਪੁੱਤ, ਇਹ ਤਾਂ ਮੈਂ ਗੱਲ ਸੋਚੀ ਨਹੀਂ ਗੀ, ਸਾਡੇ ਇੱਕ ਤੀਰ ਨਾ ਦੋ ਨਿਸ਼ਾਨ ਵੱਜਣ ਨੇ ਜੀ, ਇੱਦਾਂ ਕਰੋ ਵੀ ਤੁਸੀਂ ਤੇ ਸਾਡੇ ਘਰਦਿਆਂ ਨੇ ਵੀ ਮੰਨ ਹੀ ਜਾਣਾ ਜੀ। ਚੱਲ ਵੇਖ ਲਾ ਫਿਰ ਜੇ ਤੂੰ ਕਰਾ ਦੇ ਤਾਂ ਹੋਰ ਕੀ ਚਾਹੀਦਾ ਵਾ। ਕੋਈ ਨਹੀਂ ਰੁਪਿੰਦਰ ਨਾਲ ਮੈਂ ਸਾਰੀ ਗੱਲ ਕਰ ਲਾਂਗੀ, ਇਹਨੂੰ ਮੈਂ ਮਨਾ ਲਾਂਗੀ, ਇਹ ਮੇਰੀ ਜ਼ਿੰਮੇਵਾਰੀ। ਇਹਨੂੰ ਪੁੱਛ ਲਾ, ਇਹਦੀ ਬੜੀ ਜ਼ਬਾਨ ਵਧੀ ਓ, ਪਹਿਲਾਂ ਚੰਗੀ ਭਲੀ ਸੀਗੀ ਜਦੋਂ ਦੀ ਤੇਰੇ ਕੋਲ ਗਈ ਆ ਨਾ ਉਦੋਂ ਦੀ ਬਸ ਪਤਾ ਨਹੀਂ ਕੀ ਹੋ ਗਿਆ ਇਹਨੂੰ, ਇਹਨੂੰ ਬੋਲਣ ਦੀ ਅਕਲ ਭੁੱਲ ਗਈ ਆ ਸਾਰੀ। ਕੋਈ ਨਹੀਂ ਮੰਮੀ ਆਪੀ ਠੀਕ ਹੋ ਜਾਏਗੀ, ਹੈ ਕਿੱਥੇ ਆ ਹੁਣ? ਇੱਥੇ ਹੀ ਹੋਣੀ ਆ, ਕਿੱਥੇ ਜਾਣਾ ਇਹਨੇ, ਆਪੇ ਕਰ ਲਾ ਫਿਰ ਗੱਲ। ਤੁਸੀਂ ਕੋਈ ਵੀ ਗੱਲ ਨਾ ਡੈਡੀ ਨਾਲ ਤੇ ਜੋ ਵਰਨਾ ਨਹੀਂ ਕਰਨੀ, ਬਸ ਮੇਰੇ ਨਾਲ ਵਾਅਦਾ ਕਰੋ ਤੁਸੀਂ। ਚੱਲ ਮੈਂ ਨਹੀਂ ਕਰਦੀ, ਬਾਕੀ ਜੋ ਹੋਏਗਾ ਮੈਂ ਵੇਖਦੀ। ਹੁਣ ਆਪੇ ਸੰਭਾਲ ਲਾ ਸਭ ਕੁਝ, ਚੰਗਾ? ਠੀਕ ਹੈ ਤਾਂ ਤੁਸੀਂ ਡੈਡੀ ਹੁਣਾਂ ਨੂੰ ਮਨਾ ਲਿਓ ਵੀ। ਹਾਂ ਕੋਈ ਨਹੀਂ, ਮੈਂ ਚਾਹ ਬਣਾਵਾਂ ਤਾਂ ਤੂੰ ਇਹਨੂੰ ਮਿਲਾਂ ਫਿਰ। ਠੀਕ ਹੈ। ਚੱਲ ਇਹ ਤੇ ਵਧੀਆ ਹੋ ਗਿਆ ਕਿ ਮੰਮੀ ਨੇ ਮੇਰੇ ਨਾਲ ਗੱਲ ਕਰ ਲਈ, ਜੇ ਮੈਂ ਕਰਦੀ ਤੇ ਹੋਰ ਹੀ ਪੰਗਾ ਪੈ ਜਾਣਾ ਸੀ ਕਿ ਇਹ ਤੇ ਲਵਲੀ ਨਾਲ ਹੀ ਗੱਲ ਕਰਦੀ ਆ, ਹੁਣ ਇਹ ਗੱਲ ਦਾ ਰਾਜ ਹੀ ਰਹੇਗਾ। ਕੀ ਕਰਾਂ ਦੱਸ ਮੈਂ ਜੋਬਨਵੀਰਾ, ਡੈਡੀ ਤੇ ਇੱਕ ਹੈ ਹੀ ਇੱਦਾਂ ਦੇ ਤੇ, ਪਰ ਨਾ ਮੰਮੀ ਉਹਨਾਂ ਨਾਲ ਰਲ ਕੇ ਇੱਦਾਂ ਦੀ ਹੋ ਗਈ ਆ, ਸੱਚੀ ਮੇਰੀ ਤੇ ਜ਼ਿੰਦਗੀ ਖਰਾਬ ਹੋ ਗਈ ਹੈ, ਘਰ ਮੈਂ ਕੱਲ ਹੀ ਜੰਪੀ ਸੀ। ਮੈਂ ਤਾਂ ਸੋਚਿਆ ਸੀ ਵੀ ਸ਼ਾਇਦ ਮੰਮੀ ਮੇਰਾ ਸਾਥ ਦੇਣਗੇ, ਪਰ ਮੰਮੀ ਨੇ ਮੇਰਾ ਸਾਥ ਛੱਡ ਦਿੱਤਾ ਆ, ਪਤਾ ਨਹੀਂ ਕਿਉਂ। ਰੁਪਿੰਦਰ ਮੇਰੀ ਗੱਲ ਸੁਣ, ਮੈਂ ਵੀ ਇਹ ਘਰ ਚ ਇੱਜ਼ਤ ਬਣਾ ਕੇ ਬੇਟੀ ਸੀ ਨਾ, ਤੂੰ ਕੀ ਕਰਦੀ ਫਿਰਨੀ ਆ? ਕੁਝ ਤਾਂ ਸੋਚਿਆ ਕਰ, ਮੈਂ ਨਹੀਂ ਬਹਿਣਾ ਤੇਰੇ ਲਾਗੇ, ਤੂੰ ਕੰਮ ਹੀ ਬਹਿਣਾ ਵਾ। ਦੱਸ ਸਾਰਾ ਟੱਬਰ ਹੀ ਮੇਰੇ ਬਿਰਖਲਾਫ ਹੋ ਗਏ ਆ ਹੁਣ। ਨੇ ਤੈਨੂੰ ਮਾਸਾ ਨਹੀਂ ਆਈ ਸ਼ਰਮ ਕਿ ਮੈਂ ਕੀ ਕੰਮ ਕਰਦੀ ਫਿਰਨੀ ਆ? 4 ਦਿਨ ਮੰਮੀ ਨੇ ਭੇਜਿਆ ਸੀ ਮੇਰੇ ਕੋਲ, ਤੂੰ ਲਵਲੀ ਨਾਲ ਹੀ ਗੱਲ ਕਰਨ ਦੇ ਪਈ ਆ? ਕੀ ਦੀਦੀ ਲਵਲੀ ਨਾਲ ਗੱਲ ਕਰਨ ਲੱਗ ਪਈ? ਤੈਨੂੰ ਕਿੱਥੋਂ ਪਤਾ ਲੱਗੇ ਮੈਂ ਲਵਲੀ ਨਾਲ ਗੱਲ ਕਰਨ ਲੱਗ ਪਈ ਆ? ਪਤਾ ਜੇ ਤੂੰ ਇੱਥੇ ਰੋਲਾ ਪਾਇਆ ਨਾ ਤੇ ਘਰ ਸਾਡੇ ਵੀ ਰੋਲਾ ਹੀ ਪਿਆ ਵਾ। ਫਿਰ ਕੀ ਦੀਦੀ ਲੱਗ ਗਿਆ ਪਤਾ? ਦੱਸ ਮੈਂ ਆਪਣੀ ਮਰਜ਼ੀ ਨਾਲ ਥੋੜਾ ਕਰਨੀ ਆ ਕੋਈ, ਮੈਂ ਇਹਨਾਂ ਨੂੰ ਆਖਣ ਦੀ ਆ ਕਿ ਮੰਨ ਜਾਓ ਮੇਰੀ ਗੱਲ, ਮੇਰਾ ਨਾਂ ਉੱਥੇ ਰਿਸ਼ਤਾ ਕਰੋ। ਦੀਦੀ ਹੁਣ ਜਿੱਥੇ ਮੰਮੀ ਹੋਣੀ ਮੇਰਾ ਰਿਸ਼ਤਾ ਕਰਨ ਦੇ ਆ, ਹੁਣ ਜੋ ਮੇਰਾ ਨਹੀਂ ਮਰਜ਼ੀ ਦਾ ਹੈਗਾ ਤੇ ਮੈਂ ਕਿੱਦਾਂ ਉੱਥੇ ਕਰ ਲਾਂ? ਤੂੰ ਇੱਕ ਵਾਰੀ ਮੇਰੇ ਨਾਲ ਤੇ ਗੱਲ ਕਰਦੀ ਕਿ ਮੈਂ ਇਹ ਕੰਮ ਕਰ ਲੱਗੀ ਆ, ਤੂੰ ਤੇ ਮੇਰੇ ਨਾਲ ਕੋਈ ਗੱਲ ਹੀ ਨਹੀਂ ਕੀਤੀ ਤੇ ਹੁਣ ਮੈਨੂੰ ਕਿਸੇ ਕੋ ਪਤਾ ਲੱਗਣ ਦਿਆ? ਤੇ ਦੀਦੀ ਪਰ ਇਹਨਾਂ ਨੂੰ ਤੇ ਮੇਰੇ ਪੁੱਛਣ ਦਾ ਫਰਜ਼ ਬਣਦਾ ਸੀ ਨਾ, ਇਹਨਾਂ ਨੇ ਮੈਨੂੰ ਇੱਕ ਵਾਰ ਨਹੀਂ ਪੁੱਛਿਆ ਕਿ ਤੇਰਾ ਇਹ ਰਿਸ਼ਤਾ ਕਰਨ ਲੱਗੀ ਆ, ਤੈਨੂੰ ਚਾਹੇ ਪਸੰਦ ਵਾ ਚਾਹੇ ਨਹੀਂ ਪਸੰਦ, ਸਾਰੀ ਜ਼ਿੰਦਗੀ ਦਾ ਸਵਾਲ ਵਾ ਦੀਦੀ ਮੇਰਾ। ਜ਼ਿੰਦਗੀ ਦਾ ਤਾਂ ਸਵਾਲ ਹੈ, 2-4 ਰੋਲੂੰਗੀ ਤੇ ਮੈਂ ਸਾਰੀ ਉਮਰ ਰੋਣਾ ਪੈਣਾ, ਮੈਨੂੰ ਵੇਖ ਲਿਓ ਭਾਈ। ਡੈਡੀ ਦਾ ਪਤਾ ਹੈ ਡੈਡੀ ਮੰਨਣਗੇ? ਕਦੇ ਵੀ ਨਹੀਂ। ਦੀਦੀ ਤੈਨੂੰ ਤਾਂ ਪਤਾ ਹੀ ਡੈਡੀ ਹੁਣਾਂ ਦੀ ਆਦਤ ਆ ਕਿੱਦਾਂ ਕਰਦੇ ਰਹੇ, ਤੂੰ ਵੀ ਇੱਥੇ ਜੰਮੀ ਪਲੀ ਆ, ਤੈਨੂੰ ਕਿਹੜੀ ਭੁੱਲ ਵਾ ਕੋਈ? ਪਿੰਡ 'ਚ ਤੂੰ ਗੱਲਾਂ ਦੀ ਗੱਲ ਕਰਦੀ ਹੈ ਨਾ, ਮੈਨੂੰ ਸਾਰੀਆਂ ਗੱਲਾਂ ਯਾਦ ਨੇ, ਮੈਨੂੰ ਵੀ ਪਤਾ ਕਿ ਸਾਨੂੰ ਕਦੇ ਘਰੋਂ ਬਾਹਰ ਨਹੀਂ ਜਾਣ ਦਿੰਦੇ, ਇੰਨਾ ਹੁਕਮ ਚਲਾਉਂਦੇ ਸੀ ਨਾ ਕੋਈ ਹਿਸਾਬ ਨਹੀਂ, ਇੱਦਾਂ ਕੋਈ ਵੀ ਨਹੀਂ ਆਪਣੀਆਂ ਧੀਆਂ ਨਾਲ ਕਰਦਾ ਜਿੱਦਾਂ ਉਹ ਕਰਦੇ ਸੀ, ਪਰ ਇੱਕ ਗੱਲ ਹੈ ਡੈਡੀ ਹੁਣਾਂ ਨੇ ਮੰਨਣਾ ਨਹੀਂ ਹੋ, ਭਾਈ ਜਿੰਨਾ ਮਰਜ਼ੀ ਜ਼ੋਰ ਲਾਉਣਾ। ਦੀਦੀ ਫਿਰ ਇਸੇ ਕਰਕੇ ਤੇ ਨਿਆਣੇ ਵਿਗੜਦੇ ਆ, ਜਦੋਂ ਮਾਂ ਪਿਓ ਨੇ ਫਿਰ ਧੀ ਪੁੱਤ ਦੀ ਮੰਨਣੀ ਨਹੀਂ ਆ, ਤੇ ਜੇ ਹੁਣ ਮੈਂ ਆਖਦੀ ਹਾਂ ਕਿ ਉੱਥੇ ਚੰਗਾ ਆ ਮੁੰਡਾ ਵਧੀਆ ਆ ਤੇ ਫਿਰ ਇਹਨਾਂ ਨੂੰ ਕੀ ਹਰਜਵਾ ਕਰਨ ਵਿੱਚ ਕਰਦੇ ਨਾ, ਇਹ ਕੀ ਬਸ ਆਪਣੀਆਂ ਮਰਜ਼ੀਆਂ ਚਲਾਉਣੀਆਂ ਵਾ ਨਾ ਇਹਨਾਂ ਨੇ। ਹੁਣ ਮੇਰੀ ਗੱਲ ਸੁਣੇ ਇੱਕ ਧਿਆਨ ਨਾਲ, ਡੈਡੀ ਨੂੰ ਤੇ ਜੋਵਨ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਤੂੰ ਕਿਸ ਮੁੰਡੇ ਨਾਲ ਗੱਲ ਕਰਦੀ ਆ, ਮੈਂ ਤੇ ਮੰਮੀ ਨੇ ਸਗੋਂ ਮੈਨੂੰ ਦੱਸਿਆ ਤੇ ਮੰਮੀ ਨੇ ਇਹ ਨਹੀਂ ਕਿਹਾ ਕਿ ਲਵਲੀ ਨਾਲ ਗੱਲ ਕਰਦੀ, ਮੰਮੀ ਨੂੰ ਤੇ ਇਹ ਪਤਾ ਹੀ ਨਹੀਂ ਕਿਹੜੇ ਮੁੰਡੇ ਨਾਲ ਗੱਲ ਕਰਦੀ, ਤੇ ਮੈਂ ਅੱਗੋਂ ਕਿਹਾ ਕੋਈ ਗੱਲ ਨਹੀਂ ਰਿਸ਼ਤਾ ਲਵਲੀ ਵਾਲੀ ਕਰਾ ਦਿੰਦੇ ਆ, ਉਧਰ ਲਵਲੀ ਨੇ ਵੀ ਰੋਲਾ ਪਾਇਆ ਘਰ ਕਿ ਮੈਂ ਰੁਪਿੰਦਰ ਨਾਲ ਹੀ ਵਿਆਹ ਕਰਾਉਣਾ ਨਹੀਂ ਤੇ ਕੁਝ ਖਾ ਕੇ ਮਰ ਜਾਣਾ ਵਾ, ਹੁਣ ਸਾਰਾ ਕੁਝ ਮੈਂ ਕਰ ਦੇਣਾ, ਤੂੰ ਟੈਨਸ਼ਨ ਨਾ ਲੈ ਤੇ ਰੋ ਨਾ ਹੁਣ। ਬਾਕੀ ਇਹ ਆ ਕਿ ਆਪਣੀ
चल वो तो तेरी किस्मत तेरे नाल ते मेरी मेरे नाल। नहीं दीदी उदा कर देना तो चल वधिया वा दा। दीदी एक ही घर आप दोवां भैणां रही जाणा वा रल मिल के। वह तो कोई नहीं रल के ही रवांगे, जिहड़ी घर बैठी वह भी रल के ही रहन देगी। आ जा हुण चलो। डैडी मैं ते मम्मी सोचन दी हां जे रुपिंदर दा रिश्ता हाडे लवली ना हो जे ते। ओ मैं ते आखिया यार तुहाडी मां दा ही दिमाग खराब आ, ते लगदा तुहाडा वी हो गया वा। इन्हे दस्या ने तुहानू उहदा रिश्ता ही कर आए आ। नाले भाजी मेरी सुणो गल, गल करो इत्थे विहारी, तुसीं आए जे तुहाडी अहीं इज्जत करदे आ, इहदा मतलब इह नहीं जो तुसीं कहोगे अहीं मन्नी जावांगे।